ਹੈਲੋ ਦੋਸਤੋ ਗੁਰੂ ਸਟਡੀ ਪੁਆਇੰਟ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਦੋਸਤੋ ਲੈ ਕੇ ਆਏ ਆਂ ਅੱਜ ਦੀ ਵੀਡੀਓ ਜੋ ਕਿ ਸੀਡੀਪੀ ਦੇ ਨਾਲ ਸੰਬੰਧਿਤ ਹੈ ਚਾਈਲਡ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਹੈ ਬਾਲ ਵਿਕਾਸ ਦੇ ਨਾਲ ਸੰਬੰਧਿਤ ਹੈ ਜੋ ਕਿ ਜਿਵੇਂ ਹੁਣ ਪੰਜਾਬ ਦੇ ਵਿੱਚ 8393 ਪੋਸਟ ਐਂਟੀਟੀ ਦੀਆਂ ਆਈਆਂ ਨੇ ਉਹਨਾਂ ਦਾ ਸਿਲੇਬਸ ਚਾਈਲਡ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਹੈ ਪੀਐਸ ਟੈਟ ਜਿਹੜਾ ਪੰਜਾਬ ਦਾ ਟੈਟ ਸੀ ਟੈਟ ਟੱਚ ਟੈਟ ਵਗੈਰਾ ਹੁੰਦਾ ਹੈ ਉਹਦੇ ਵਿੱਚ ਸਾਈਕੋਲੋਜੀਕਲ ਜੋ ਆਪਰੇਸ਼ਨ ਪੁੱਛੇ ਜਾਂਦੇ ਆ ਸੀਡੀਪੀ ਦੇ ਨਾਲ ਸੰਬੰਧਿਤ ਸੋ ਉਹਨਾਂ ਦੇ ਪੁਆਇੰਟ ਆਫ 뷰 ਤੋਂ ਬਹੁਤ ਮਹੱਤਵਪੂਰਨ ਹੋਣ ਵਾਲੀ ਆਪਣੀ ਵੀਡੀਓ ਹੈ ਸੋ ਦੋਸਤੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਦਾ ਬੈਲ ਆਈਕਨ ਜ਼ਰੂਰ ਦਵਾ ਲਿਓ ਤਾਂ ਜੋ ਆਪਣੇ ਚੈਨਲ ਦੀ ਪਲੇਲਿਸਟ ਦੇ ਵਿੱਚ ਜਾਂ ਚੈਨਲ ਤੇ ਅਪਲੋਡ ਹੋ ਰਹੀਆਂ ਸਾਰੀਆਂ ਵੀਡੀਓਜ਼ ਦਾ ਜਿਹੜਾ ਹੈਗਾ ਨੋਟੀਫਿਕੇਸ਼ਨ ਹੈ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਪ੍ਰਸ਼ਨ ਬੱਚਾ ਆਪਣਾ ਨਾਮ ਪਛਾਣ ਸਕਦਾ ਹੈ ਸੋ ਦੋਸਤੋ ਕਿੰਨੀ ਉਮਰ ਦੇ ਵਿੱਚ ਆਪਣਾ ਬੱਚਾ ਜਿਹੜਾ ਆਪਣਾ ਨਾਮ ਹੈ ਜਿਹੜਾ ਉਹ ਪਛਾਣ ਲੈਂਦਾ ਹੈ ਜਦੋਂ ਉਹਦਾ ਕੋਈ ਨਾਮ ਲੈਂਦਾ ਹੈ ਤਾਂ ਉਹ ਸੰਕੇਤ ਕਰਦਾ ਹੈ ਵੀ ਹਾਂ ਉਹਨੂੰ ਬੁਲਾਇਆ ਜਾ ਰਿਹਾ ਹੈ ਸੋ ਦੋਸਤੋ ਇਹ ਆਪਸ਼ਨ ਦੇ ਮੁਤਾਬਕ ਵੀ ਆਪਾਂ ਟਿਕ ਕਰਨਾ ਹੁੰਦਾ ਕਿਉਂਕਿ ਇੱਕ ਦੇ ਮਹੀਨੇ ਦਾ ਇਧਰ ਉਧਰ ਫਰਕ ਵੀ ਪਿਆ ਜਾਂਦਾ ਅਲੱਗ-ਅਲੱਗ ਕਿਤਾਬਾਂ 'ਚ ਅਲੱਗ-ਅਲੱਗ ਲਿਖਿਆ ਹੁੰਦਾ ਹੈ 5ਵੇਂ ਮਹੀਨੇ 'ਚ ਪਛਾਣਦਾ 7ਵੇਂ ਮਹੀਨੇ 'ਚ ਦੂਜੇ ਮਹੀਨੇ 'ਚ ਜਾਂ 8ਵੇਂ ਮਹੀਨੇ 'ਚ ਸੋ ਦੋਸਤੋ 8ਵੇਂ ਮਹੀਨੇ 'ਚ ਬੱਚਾ ਆਪਣਾ ਨਾਮ ਪਛਾਣ ਲੱਗ ਜਾਂਦਾ ਹੈਗਾ ਅਗਲਾ ਪ੍ਰਸ਼ਨ ਦੇਖਦੇ ਹਾਂ ਬੱਚੇ ਦਾ ਮਨ ਇੱਕ ਅਧਿਆਪਕ ਦਾ ਪਾਠ ਹੈ ਇਹ ਕਿਸ ਨੇ ਕਿਹਾ ਫਰੀਅਰ ਨੇ ਕਿਹਾ ਸੀ ਰੂਸੋ ਨੇ ਕਿਹਾ ਸੀ ਥਾਰਨਡਾਇਕ ਨੇ ਕਿਹਾ ਜਾਂ ਗਿਲਫੋਰਡ ਨੇ ਸੁਰ ਦੋਸਤੋ ਬੱਚੇ ਦਾ ਮਨ ਇੱਕ ਅਧਿਆਪਕ ਦਾ ਪਾਠ ਹੈ ਰੂਸੋ ਨੇ ਕਿਹਾ ਸੀ ਜੀ ਰੂਸੋ ਇੱਕ ਪ੍ਰਕਿਰਤੀਵਾਦੀ ਮਨੋਵਿਗਿਆਨੀ ਸੀਗਾ ਰੂਸੋ ਕਹਿੰਦਾ ਸੀ ਕੁਦਰਤ ਵੱਲ ਵਧਿਆ ਜਾਵੇ ਬੱਚਿਆਂ ਨੂੰ ਆਜ਼ਾਦੀ ਦਿਓ ਹਰ ਕੰਮ ਦੇ ਵਿੱਚ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਤਿੰਨ ਨੰਬਰ ਪ੍ਰਸ਼ਨ ਦੋਸਤੋ ਤਿੰਨ ਤੋਂ 4 ਸਾਲ ਦੇ ਬੱਚੇ ਦਾ ਭਾਰ ਹੁੰਦਾ ਹੈ 38 ਤੋਂ 40 ਪਾਉਂਡ 20 ਤੋਂ 25 ਪਾਉਂਡ 30 ਤੋਂ 38 ਪਾਉਂਡ ਜਾਂ 23 ਤੋਂ 30 ਪਾਉਂਡ ਸੋ ਦੋਸਤੋ ਆਪਸ਼ਨ ਨੰਬਰ 1 ਸਹੀ ਹੈ ਜੀ 3 ਤੋਂ 4 ਸਾਲ ਦਾ ਜਿਹੜਾ ਬੱਚਾ ਹੁੰਦਾ ਹੈ ਉਹਦਾ 38 ਤੋਂ 40 ਪਾਉਂਡ ਭਾਰ ਹੁੰਦਾ ਜੀ ਨਵਜਮ ਬੱਚੇ ਦਾ ਜਿਹੜਾ ਨਵਾਂ ਜੰਮਾ ਬੱਚਾ ਹੁੰਦਾ ਹੈ ਉਹਦਾ 7 ਪਾਉਂਡ ਲਿਖਿਆ ਜਾਂਦਾ ਹੈਗਾ 7 ਪਾਉਂਡ ਨਵੇਂ ਜੰਮੇ ਬੱਚੇ ਦਾ ਨਮ ਨਵ ਸ਼ਿਸ਼ੂ ਦਾ ਹੁੰਦਾ ਹੈ ਨਵ ਜਨਮ ਵਾਲੇ ਦਾ 7 ਪਾਉਂਡ ਤਿੰਨ ਤੋਂ 4 ਸਾਲ ਦੇ ਬੱਚੇ ਦਾ ਜਿਹੜਾ ਭਾਰ ਹੈ ਉਹ 38 ਤੋਂ 40 ਪਾਉਂਡ ਚਾਰ ਨੰਬਰ ਪ੍ਰਸ਼ਨ ਦੋਸਤੋ ਕਿਸ ਨੇ ਲਿਖਿਆ ਸੀ ਕਿ ਸਭ ਤੋਂ ਪਹਿਲਾਂ ਅਤੇ ਮਹੱਤਵਪੂਰਨ ਇੱਕ ਸਰੀਰਕ ਜੀਵ ਹੈ ਇਹ ਕਿਹਨੇ ਲਿਖਿਆ ਸੀ ਵੀ ਸਾਰਿਆਂ ਤੋਂ ਪਹਿਲਾਂ ਅਤੇ ਮਹੱਤਵਪੂਰਨ ਸਰੀਰਕ ਜੀਵ ਹੀ ਹੁੰਦਾ ਹੈ ਕਰੋ ਐਂਡ ਕਰੋ ਵੁਡਜਵਰਥ ਪੀਲ ਇਨਾਂ ਵਿੱਚੋਂ ਕੋਈ ਨਹੀਂ ਸੋ ਇਹ ਕਰੋ ਐਂਡ ਕਰੋ ਨੇ ਕਿਹਾ ਸੀ ਜੀ ਸੋ ਦੋਸਤੋ ਜੇਕਰ ਵੀਡੀਓ ਵਧੀਆ ਲੱਗ ਰਹੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੁਹਾਡੇ ਲਾਈਕ ਸ਼ੇਅਰ ਕਰਨ ਨਾਲ ਸਾਡਾ ਹੌਸਲਾ ਵੱਧਦਾ ਹੈ ਸਾਨੂੰ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਤੁਸੀਂ ਸਾਡੇ ਨਾਲ ਜੁੜਿਓ ਅਗਲਾ ਪ੍ਰਸ਼ਨ ਕਰਦੇ ਹਾਂ 5 ਨੰਬਰ ਪ੍ਰਸ਼ਨ ਦੋਸਤੋ ਡੈਸ਼ ਇੱਕ ਵਾਰ ਵਿੱਚ ਸਿਰਫ ਇੱਕੋ ਚੀਜ਼ ਤੇ ਧਿਆਨ ਕੇਂਦਰਿਤ ਕਰ ਸਕਦਾ ਹੈ ਕੌਣ ਹੇਠ ਲਿਖੇ ਆਪਸ਼ਨਾਂ ਦੇ ਵਿੱਚੋਂ ਕੌਣ ਹੈ ਜੋ ਇੱਕ ਵਾਰ ਵਿੱਚ ਇੱਕ ਚੀਜ਼ ਤੇ ਹੀ ਧਿਆਨ ਕੇਂਦਰਿਤ ਕਰਦਾ ਬੱਚਾ ਆਦਮੀ ਔਰਤ ਜਾਂ ਸਾਰੇ ਸੋ ਦੋਸਤੋ ਬੱਚਾ ਹੀ ਅਜਿਹਾ ਹੁੰਦਾ ਹੈ ਜੋ ਕਿ ਇੱਕ ਸਮੇਂ ਵਿੱਚ ਇੱਕ ਚੀਜ਼ ਵੱਲੀ ਧਿਆਨ ਕੇਂਦਰਿਤ ਕਰ ਸਕਦਾ ਉਹ ਦੋ ਤਿੰਨ ਪਾਸੇ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਸਕਦਾ ਜਿਵੇਂ ਵੱਡੇ ਬੰਦੇ ਔਰਤਾਂ ਇੱਕ ਪਾਸੇ ਖਾਣਾ ਵੀ ਖਾ ਲੈਂਦੇ ਆ ਮੋਬਾਈਲ ਵੀ ਸੁਣ ਲੈਂਦੇ ਆ ਜਾਂ ਕੋਈ ਕੰਮ ਵੀ ਕਰ ਲੈਂਦੇ ਆ ਤੇ ਮੋਬਾਈਲ ਵੀ ਸੁਣ ਲੈਂਦੇ ਆ ਜਾਂ ਕੋਈ ਹੋਰ ਦੋ ਦੋ ਕੰਮ ਇਕੱਠੇ ਕਰ ਲੈਂਦੇ ਆ ਪਰ ਬੱਚਾ ਨਹੀਂ ਇਹ ਕਰ ਸਕਦਾ ਅਗਲਾ ਪ੍ਰਸ਼ਨ ਦੇਖਦੇ ਆ 6 ਨੰਬਰ ਪ੍ਰਸ਼ਨ ਦੋਸਤੋ ਖੇਡਣ ਦੇ ਦੌਰਾਨ ਇੱਕ ਬੱਚਾ ਆਪਣੇ ਡੈਸ਼ ਸੁਭਾਅ ਦਾ ਖੁੱਲ੍ਹਾ ਪ੍ਰਗਟਾ ਕਰਦਾ ਹੈ। ਸੋ ਬੱਚਾ ਜਦੋਂ ਖੇਡਦਾ ਜੀ ਉਹ ਕਿਹੜੀ ਚੀਜ਼ ਦਾ ਪ੍ਰਗਟਾ ਕਰਦਾ ਹੈ? ਆਦਤਾਂ ਦਾ ਪ੍ਰਗਟਾ ਕਰਦਾ ਹੈ, ਦੋਸਤਾਂ ਦਾ ਜਾਂ ਕੁਦਰਤੀ ਜਾਂ ਚਿਹਰੇ ਦਾ। ਸੋ ਦੋਸਤੋ ਆਪਸ਼ਨ ਨੰਬਰ 3 ਸਹੀ ਹੈ ਜੀ। ਜਿਹੜਾ ਉਹਦਾ ਕੁਦਰਤੀ ਸੁਭਾਅ ਹੁੰਦਾ ਉਹਦਾ ਨੇਚਰ ਲਈ ਸੁਭਾਅ ਹੁੰਦਾ ਹੈਗਾ ਅੰਦਰ। ਉਹ ਜਦੋਂ ਖੇਡਦਾ ਉਦੋਂ ਉਹਦਾ ਬਾਹਰ ਆ ਜਾਂਦਾ ਹੈ। ਉਦੋਂ ਉਹਦਾ ਅਸਲੀ ਪਣ ਕਹਿ ਸਕਦੇ ਆ ਬਾਹਰ ਆ ਜਾਂਦਾ ਵੀ ਉਹ ਗੁੱਸੇਖੋਰ ਹੈ, ਨਿਮਰਤਾ ਨਾਲ ਪੇਸ਼ ਆਉਂਦਾ ਹੈ। ਉਹ ਜਿਸ ਤਰ੍ਹਾਂ ਦੀ ਕੁਆਲਿਟੀ ਹੈ ਜਿਹੜਾ ਉਹਦਾ ਸੁਭਾਅ ਕੁਦਰਤੀ ਤੌਰ ਤੇ ਉਹ ਬਾਹਰ ਆ ਜਾਂਦਾ ਹੈ ਖੇਡਣ ਦੇ ਸਮੇਂ ਅਗਲਾ ਪ੍ਰਸ਼ਨ ਦੇਖਦੇ ਹਾਂ ਡੈਸ਼ ਬੱਚੇ ਦੇ ਸਰੀਰਕ ਵਿਕਾਸ ਵਿੱਚ ਸਹਾਇਤਾ ਕਰਦਾ ਹੈ ਖੇਡ ਲੁੱਡੋ ਕਹਾਣੀ ਸਤਰੰਜ ਸੋ ਦੋਸਤੋ ਆਪਸ਼ਨ ਨੰਬਰ 1 ਸਹੀ ਹੈ ਜੀ ਖੇਡ ਬੱਚੇ ਦੇ ਸਰੀਰਕ ਵਿਕਾਸ ਵਿੱਚ ਸਹਾਇਤਾ ਕਰਦਾ ਹੈ ਜਦੋਂ ਬੱਚਾ ਖੇਡੂਗਾ ਤਾਂ ਹੀ ਉਹਦਾ ਸਰੀਰਕ ਵਿਕਾਸ ਹੋਊਗਾ ਤਾਹੀ ਛੋਟੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਖੇਡਣ ਲਈ ਪ੍ਰੇਰਿਤ ਕੀਤਾ ਜਾਂਦਾ ਖੁੱਲਾ ਮੈਦਾਨ ਉਹਨਾਂ ਲਈ ਛੱਡਿਆ ਜਾਂਦਾ ਸਕੂਲਾਂ ਦੇ ਵਿੱਚ ਸੋ ਦੋਸਤੋ ਖੇਡਾਂ ਨਾਲ ਬੱਚੇ ਦੇ ਸਰੀਰ ਦਾ ਵਿਕਾਸ ਹੁੰਦਾ ਹੈ ਉਹਦੀਆਂ ਉਹਨਾਂ ਦੀਆਂ ਮਾਸਪੇਸ਼ੀਆਂ ਦਾ ਵਿਕਾਸ ਹੁੰਦਾ ਅਗਲਾ ਪ੍ਰਸ਼ਨ ਦੇਖਦੇ ਹਾਂ ਪ੍ਰਸ਼ਨ ਨੰਬਰ 8 ਸਵੈ ਪ੍ਰਗਟਾਵੇ ਅਤੇ ਸਵੈ ਗਤੀਵਿਧੀ ਦਾ ਸਰਵੋਤਮ ਸਾਧਨ ਹਨ ਖੇਡਣਾ ਖੇਡਾਂ ਆਦਤਾਂ ਇਹਨਾਂ ਵਿੱਚੋਂ ਕੋਈ ਨਹੀਂ ਸੋ ਦੋਸਤੋ ਖੇਡਣਾ ਹੀ ਸਵੇ ਪ੍ਰਗਟਾਵੇ ਅਤੇ ਸਵੈ ਗਤੀਵਿਧੀ ਦਾ ਸਰਬੋਤਮ ਸਾਧਨ ਹਨ ਇੱਥੇ ਆਪਸ਼ਨ ਨੰਬਰ 1 ਸਹੀ ਹੈ ਜਦੋਂ ਬੱਚਾ ਖੇਡਦਾ ਹੈਗਾ ਉਦੋਂ ਉਹਦਾ ਸਵੇ ਪ੍ਰਗਟਾਵਾ ਆਪਣਾ ਆਪ ਪੇਸ਼ ਹੁੰਦਾ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਉਹ ਕਿਹੋ ਜਿਹਾ ਉਹਦੀ ਸਵੈ ਗਤੀਵਿਧੀ ਹੈ ਜਿਹੜਾ ਉਹਦਾ ਉਹ ਸਰਬੋਤਮ ਸਾਧਨ ਹਨ ਉਹਨਾਂ ਨੂੰ ਪੇਸ਼ ਕਰਨ ਦਾ ਖੇਡਣ ਨੂੰ ਅਗਲਾ ਪ੍ਰਸ਼ਨ ਦੇਖਦੇ ਆਂ ਜੀ ਸੋ ਇੱਥੇ ਜਿਹੜਾ ਉੱਤਰ ਸੀਗਾ ਪਤੋ ਲਿਖਿਆ ਗਿਆ ਜਿਹੜਾ ਗਲਤ ਹੈ ਜੀ 1 ਨੰਬਰ ਆਪਸ਼ਨ ਸਹੀ ਹੋਣਾ ਇੱਥੇ ਖੇਡਣਾ ਉੱਤਰ ਸਹੀ ਹੈ ਇਸ ਪ੍ਰਸ਼ਨ ਦਾ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ ਨੌ ਨੰਬਰ ਪ੍ਰਸ਼ਨ ਜੇ ਤੁਹਾਡਾ ਵਿਦਿਆਰਥੀ ਜਮਾਤ ਵਿੱਚ ਕੋਈ ਪ੍ਰਸ਼ਨ ਪੁੱਛਦਾ ਹੈ ਤਾਂ ਤੁਸੀਂ ਕੀ ਕਹੋਗੇ ਸੋ ਜਿਹੜੇ ਜੇਕਰ ਅਧਿਆਪਕ ਨੂੰ ਕੋਈ ਵਿਦਿਆਰਥੀ ਪ੍ਰਸ਼ਨ ਪੁੱਛੇ ਤਾਂ ਅਧਿਆਪਕ ਕੀ ਕਹੂਗਾ ਜਮਾਤ ਤੋਂ ਬਾਅਦ ਮਿਲਣ ਲਈ ਕਹੂਗਾ ਕਲਾਸ ਵਿੱਚ ਧਿਆਨ ਦੇਣ ਲਈ ਕਹੂਗਾ ਵੱਧ ਪ੍ਰਸ਼ਨ ਪੁੱਛਣ ਲਈ ਉਤਸ਼ਾਹਿਤ ਕਰੋਗੇ ਸਤੰਤਰ ਤੌਰ ਤੇ ਜਵਾਬਾਂ ਦੀ ਖੋਜ ਕਰਨ ਲਈ ਉਤਸ਼ਾਹਿਤ ਕਰੂੰਗੇ অপਸ਼ਨ ਨੰਬਰ 4 ਸਹੀ ਹੈ ਜੀ ਪ੍ਰਸ਼ਨ ਦੇ ਮੁਤਾਬਕ ਅ ਅਧਿਆਪਕ ਬੱਚੇ ਨੂੰ ਇਸ ਗੱਲ ਦੀ ਉਤਸ਼ਾਹਿਤ ਕਰੂਗਾ ਕਿ ਉਹ ਆਜ਼ਾਦ ਬਣ ਕੇ ਆਜ਼ਾਦ ਤੌਰ ਤੇ ਸਤੰਤਰ ਹੋ ਕੇ ਆਪਦੇ ਪ੍ਰਸ਼ਨਾਂ ਦੇ ਉੱਤਰਾਂ ਦੀ ਖੋਜ ਕਰਨ ਲਈ ਖੋਜ ਕਰੇ ਉਤਸ਼ਾਹਿਤ ਕਰੂੰਗੇ ਇਸ ਲਈ ਉਹਨੂੰ ਅਗਲਾ ਪ੍ਰਸ਼ਨ ਦੇਖਦੇ ਹਾਂ 10 ਨੰਬਰ ਪ੍ਰਸ਼ਨ ਦੋਸਤੋ ਹੇਠ ਲਿਖਿਆਂ ਵਿੱਚੋਂ ਕਿਹੜੀ ਇੱਕ ਬੌਧਿਕ ਅਪੰਗਤਾ ਦੀ ਇੱਕ ਉਦਾਹਰਨ ਹੈ ਡਿਸਲੈਕਸੀਆ ਏਡੀਐਚਡੀ ਮਾਨਸਿਕ ਗਤੀਵਿਧੀ ਆਟੋਇਜ਼ਮ ਆਪਸ਼ਨ ਨੰਬਰ 3 ਸਹੀ ਹੈ ਜੀ ਮਾਨਸਿਕ ਗਤੀਵਿਧੀ ਹੀ ਬੌਧਿਕ ਅਪੰਗਤਾ ਦੀ ਇੱਕ ਉਦਾਹਰਨ ਹੈ ਏਡੀਐਚਡੀ ਉਹ ਹੁੰਦੇ ਨੇ ਜਿਹੜੇ ਟਿਕ ਕੇ ਨਹੀਂ ਬੈਠ ਸਕਦੇ ਵੱਧ ਇੰਟੈਲੀਜੈਂਟ ਹੁੰਦੇ ਨੇ ਜਿਹੜੇ ਜਿਹੜੇ ਮਤਲਬ ਜਿਨ੍ਹਾਂ ਨੂੰ ਚੈਨ ਨਹੀਂ ਹੁੰਦਾ ਕਲਾਸ ਦੇ ਵਿੱਚ ਉਹ ਏਡੀਐਚਡੀ ਹੁੰਦੇ ਨੇ ਸੋ ਮਾਨਸਿਕ ਗਤੀਵਿਧੀ ਆਪਸ਼ਨ ਨੰਬਰ 3 ਸਹੀ ਹੈ ਜੀ 11 ਨੰਬਰ ਪ੍ਰਸ਼ਨ ਦੋਸਤੋ ਅਪਾਹਜਤਾ ਬਾਰੇ ਸਿੱਖਣ ਵਿੱਚ ਗਣਿਤ ਸੰਬੰਧੀ ਵਿਕਾਰ ਕਿਹੜਾ ਗਣਿਤ ਤੋਂ ਸੰਬੰਧੀ ਜਿਹੜੀ ਕੋਈ ਅ ਵਿਕਾਰ ਹੈ ਡਿਸਆਰਡਰ ਹੈ ਉਹ ਕਿਹੜਾ ਹੈ ਜੀ ਡਿਸਪ੍ਰੈਕਸੀਆ ਡਿਸਲੈਕਸੀਆ ਡਿਸਕੈਲਕੂਲੀਆ ਡਿਸਫੇਜ਼ੀਆ ਸੋ ਦੋਸਤੋ ਆਪਾਂ ਪਹਿਲਾਂ ਵੀ ਇਹ ਕਰਾਇਆ ਹੋਇਆ ਹੈ ਡਿਸਕੈਲਕੂਲੀਆ ਆਪਸ਼ਨ ਨੰਬਰ 3 ਸਹੀ ਹੈ ਜੀ ਕੈਲਕੂਲੇਟਰ ਨਾਲ ਸੰਬੰਧਿਤ ਗੱਲ ਜੁੜਦੀ ਹੈ ਦੇਖੋ ਰਿਲੇਟ ਕਰਕੇ ਯਾਦ ਰੱਖਣਾ ਹੁੰਦਾ ਹੈ ਅਸੀਂ ਕਈ ਵਾਰ ਜਿਹੜੀ ਗਣਿਤ ਦੀ ਗੱਲ ਆ ਉਹ ਕੈਲਕੂਲੇਟਰ ਨਾਲ ਸੰਬੰਧਤ ਹੁੰਦੀ ਹੈ ਗਣਿਤ ਤੇ ਇਹਦੇ ਵਿੱਚ ਕੈਲਕੂਲੀਆ ਇਹਨੂੰ ਰਿਲੇਟ ਕਰਨਾ ਹੈ ਕੈਲਕੂਲੇਟਰ ਨਾਲ ਸੋ ਇਹ ਗਣਿਤ ਦਾ ਡਿਸਆਰਡਰ ਹੈ ਜੀ ਗਣਿਤ ਸੰਬੰਧੀ ਉਹਨੂੰ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਬੱਚੇ ਨੂੰ ਅਗਲਾ ਪ੍ਰਸ਼ਨ ਦੇਖਦੇ ਹਾਂ ਜੀ 12 ਨੰਬਰ ਪ੍ਰਸ਼ਨ ਸਿੱਖਣਾ ਡੈਸ਼ ਤੋਂ ਸ਼ੁਰੂ ਹੁੰਦਾ ਹੈ ਅਧਿਆਪਕ ਤੋਂ ਸ਼ੁਰੂ ਹੋ ਜਾਂਦਾ ਸਕੂਲ ਤੋਂ ਘਰ ਤੋਂ ਜਾਂ ਸਾਰੇ ਸੋ ਦੋਸਤੋ ਇੱਥੇ ਕਈ ਵਾਰ ਸਾਨੂੰ ਐ ਲੱਗਦਾ ਵੀ ਇਹ ਸਾਰੇ ਆਪਸ਼ਨ ਸਹੀ ਹੋਊਗਾ ਪਰ ਅਜਿਹੀ ਗੱਲ ਨਹੀਂ ਹੈ ਇਹਨਾਂ ਨੇ ਸ਼ੁਰੂ ਦੀ ਗੱਲ ਕਰੀ ਆ ਵੀ ਸ਼ੁਰੂ ਕਿੱਥੋਂ ਹੁੰਦਾ ਸੋ ਘਰ ਤੋਂ ਸ਼ੁਰੂ ਹੁੰਦਾ ਜੀ ਇਹ ਸਿੱਖਣਾ ਸ਼ੁਰੂ ਘਰ ਤੋਂ ਹੁੰਦਾ ਕਈ ਵਾਰ ਆਪਸ਼ਨਾਂ ਦੇਖ ਕੇ ਅਸੀਂ ਸਾਰੇ ਟਿਕ ਕਰ ਦਿੰਨੇ ਆ ਸਾਨੂੰ ਕਿਉਂਕਿ ਇਹ ਸਾਰੀਆਂ ਆਪਸ਼ਨਾਂ ਲੜੀਵੱਦ ਸਿਖਾਉਣ ਨਾਲ ਸੰਬੰਧਿਤ ਨੇ ਤੇ ਘਰ ਤੋਂ ਸ਼ੁਰੂ ਹੋਊਗਾ ਆਪਸ਼ਨ ਨੰਬਰ 3 ਸਹੀ ਹੈ ਜੀ 13 ਨੰਬਰ ਪ੍ਰਸ਼ਨ ਦੋਸਤੋ ਜੇ ਬੁਨਿਆਦ ਮਜ਼ਬੂਤ ਨਹੀਂ ਹੈ ਤਾਂ ਇਮਾਰਤ ਨੂੰ ਆਪਣੇ ਆਪ ਖੜੀ ਹੋਣ ਵਿੱਚ ਮੁਸ਼ਕਲ ਹੋਵੇਗੀ ਇਹ ਕਥਨ ਕਿਸ ਵੱਲ ਇਸ਼ਾਰਾ ਕਰਦਾ ਹੈ ਸਕੈਂਡਰੀ ਸਿੱਖਿਆ ਵੱਲ ਪ੍ਰਾਇਮਰੀ ਸਿੱਖਿਆ ਵੱਲ ਪ੍ਰੀ ਪ੍ਰਾਇਮਰੀ ਸਿੱਖਿਆ ਵੱਲ ਸੋ ਦੋਸਤੋ ਆਪਾਂ ਨੂੰ ਪਤਾ ਹੀ ਹੈ ਵੀ ਜੇਕਰ ਬੁਨਿਆਦ ਮਜ਼ਬੂਤ ਹੋ ਤਾਂ ਹੀ ਦੀਵਾਰ ਚੰਗੀ ਬਣੂਗੀ ਤੇ ਪੜ੍ਹਾਈ ਨਾਲ ਸਿੱਖਿਆ ਨਾਲ ਸੰਬੰਧਿਤ ਜਿਹੜੀ ਬੁਨਿਆਦ ਹੈ ਉਹ ਕਿੱਥੋਂ ਸ਼ੁਰੂ ਹੁੰਦੀ ਹੈ ਉਹ ਪ੍ਰੀ ਪ੍ਰਾਇਮਰੀ ਤੋਂ ਸ਼ੁਰੂ ਹੁੰਦੀ ਹੈ ਆਪਸ਼ਨ ਨੰਬਰ 3 ਸਹੀ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਆਂ। 14 ਨੰਬਰ ਪ੍ਰਸ਼ਨ ਦੋਸਤੋ ਵਿਟਾਮਿਨ B ਦੀ ਘਾਟ ਕਾਰਨ ਕਿਹੜਾ ਰੋਗ ਹੋ ਜਾਂਦਾ ਹੈ? ਸਕਰਵੀ ਰੋਗ ਹੋ ਜਾਂਦਾ ਹੈ, ਰਕੇਟਸ ਰੋਗ, 베ਰੀ 베ਰੀ ਜਾਂ ਸਾਰੇ। ਸੋ ਦੋਸਤੋ ਵਿਟਾਮਿਨ B ਦੀ ਘਾਟ ਕਾਰਨ 베ਰੀ 베ਰੀ ਰੋਗ ਹੋ ਜਾਂਦਾ ਹੈ ਜੀ। ਅਗਲਾ ਪ੍ਰਸ਼ਨ ਦੇਖਦੇ ਆਂ। ਪ੍ਰਸ਼ਨ ਨੰਬਰ 15 ਦੋਸਤੋ ਵਿਟਾਮਿਨ ਸੀ ਦਾ ਚੰਗਾ ਸਰੋਤ ਹਨ ਹੇਠ ਲਿਖੀਆਂ ਆਪਸ਼ਨਾਂ ਦੇ ਵਿੱਚੋਂ ਕਿੰਨਾ ਦੇ ਵਿੱਚ ਵੱਧ ਵਿਟਾਮਿਨ ਸੀ ਮਿਲਦਾ ਹੈ ਦੁੱਧ ਦੇ ਵਿੱਚੋਂ ਅੰਡੇ ਦੇ ਵਿੱਚੋਂ ਦਾਲਾਂ ਚੋਂ ਜਾਂ ਖੱਟੇ ਫਲ ਸੋ ਦੋਸਤੋ ਜਿਹੜਾ ਵਿਟਾਮਿਨ ਸੀ ਹੈ ਉਹ ਖੱਟੇ ਫਲਾਂ ਦੇ ਵਿੱਚੋਂ ਵੱਧ ਮਾਤਰਾ ਵਿੱਚ ਪ੍ਰਾਪਤ ਹੁੰਦਾ ਹੈ ਜੀ ਆਪਸ਼ਨ ਨੰਬਰ 4 ਸਹੀ ਹੈ ਵਿਟਾਮਿਨ ਸੀ ਦੇ ਚੰਗੇ ਸਰੋਤ ਨੇ ਜਿਹੜੇ ਉਹ ਖੱਟੇ ਫਲ ਹੁੰਦੇ ਨੇ ਸੋ ਦੋਸਤੋ ਇਹ ਸੰ ਚਾਈਲਡ ਡਿਵੈਲਪਮੈਂਟ ਦੇ 15 ਵੈਰੀ ਇੰਪੋਰਟੈਂਟ ਐਮਸੀਕਿਊਜ਼ ਜੋ ਕਿ ਤੁਹਾਨੂੰ ਪ੍ਰੀ ਪ੍ਰਾਇਮਰੀ 8393 ਪੋਸਟਾਂ ਪੰਜਾਬ ਟੈਟ ਟੱਚ ਟੈਟ ਸੀ ਟੈਟ ਜਿਹੜੇ ਕੈਂਡੀਡੇਟ ਇਹਨਾਂ ਅ ਪੇਪਰਾਂ ਦੀ ਤਿਆਰੀ ਕਰਦੇ ਨੇ ਉਹਨਾਂ ਲਈ ਇਹ ਲਾਹੇਵੰਦ ਵੀਡੀਓ ਹੈ ਸੋ ਦੋਸਤੋ ਇਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਚਾਈਲਡ ਡਵੈਲਪਮੈਂਟ ਦੇ ਨਾਲ ਸੰਬੰਧਤ ਆਪਣੇ ਚੈਨਲ ਤੇ ਜੀਕੇ ਨਾਲ ਸੰਬੰਧਤ ਪੰਜਾਬੀ ਹਿੰਦੀ ਦੀਆਂ ਵਿਸ਼ਿਆਂ ਨਾਲ ਸੰਬੰਧਤ ਤਿਆਰੀ ਐਮਸੀਕਿਊ ਦੇ ਰੂਪ ਵਿੱਚ ਕਰਵਾਉਂਦੇ ਰਹਾਂਗੇ ਆਪਾਂ ਜੀਕੇ ਦੇ ਵਨ ਲਾਈਨਰ ਕੁਐਸਚਨ ਵੀ ਤੁਹਾਡੇ ਲਈ ਲੈ ਕੇ ਆ ਰਹੇ ਆ ਨਾਲ ਦੀ ਨਾਲ ਸੋ ਦੋਸਤੋ ਆਪਣੇ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੁਹਾਡੇ ਸ਼ੇਅਰ ਕਰਨ ਨਾਲ ਲਾਈਕ ਕਰਨ ਨਾਲ ਸਾਡਾ ਥੋੜਾ ਹੌਸਲਾ ਵੱਧਦਾ ਹੈ ਸਾਨੂੰ ਖੁਸ਼ੀ ਮਿਲਦੀ ਹੈ ਸੋ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ